स्वागत है दोस्तों थोड़ा सब का अपने चैनल जी एस अपडेट्स से एक होर नवी वीडियो दे विच। सो इस वेले दी जमात 10वीं अते जमात 12वीं टर्म 2 परीक्षावां लैके बहुत ही वड्डी अपडेट निकल के आ रही है। सो की है पूरी जानकारी तुहानू अज दी वीडियो दे विच पता चलेगी। सो वीडियो नूं अंत तक जरूर देखना ते नाल ही चैनल नूं सबसक्राइब जरूर कर लवो इसे तरह होर वीडियोज़ देखने के लिए। सो ज़्यादा समा वेस्ट ना करते हुए चलो आप इस वीडियो नूं शुरू करते हाँ। एक बेंच ते बैठेगा एक विद्यार्थी। पंजाब स्कूल सिक्ख्या बोर्ड PSEB 10वीं ते 12वीं बोर्ड टर्म 2 परीक्षावां दा काउंटडाउन शुरू हो गया है। 12वीं जमात दीआं परीक्षावां 22 अप्रैल तो 10वीं जमात दीआं परीक्षावां 29 अप्रैल तो शुरू होण जा रही हैं। दोवां जमातां दीआं परीक्षावां मई महीने तक जारी रहणगीआं। 12वीं जमात दीआं परीक्षावां दोपहर 2 बजे तो 10वीं जमात दीआं परीक्षावां सवेरे 10 बजे तो शुरू होणगीआं। 12वीं ਦੇ ਪ੍ਰਸ਼ਨ ਪੱਤਰ ਦੇ ਕੇਂਦਰ ਸੁਪਰਡੈਂਟ ਦਾ ਪੈਕੇਟ 18 ਅਪ੍ਰੈਲ ਤੇ 10ਵੀਂ ਜਮਾਤ ਲਈ ਪ੍ਰਸ਼ਨ ਪੱਤਰ ਦਿੱਤੇ ਕੇਂਦਰ ਸੁਪਰਡੈਂਟ ਦਾ ਪੈਕੇਟ 24 ਅਪ੍ਰੈਲ ਨੂੰ ਮੁੱਖ ਦਫ਼ਤਰ ਤੋਂ ਭੇਜੇ ਜਾਣਗੇ। ਉੱਥੇ ਹੀ ਜ਼ਿਲ੍ਹਾ ਮੈਨੇਜਰ ਖੇਤਰੀ ਦਫ਼ਤਰ ਵੱਲੋਂ ਪ੍ਰਸ਼ਨ ਪੱਤਰ 12ਵੀਂ ਲਈ 19 ਤੇ 20 ਅਪ੍ਰੈਲ ਤੇ 10ਵੀਂ ਲਈ 26 ਤੇ 27 ਅਪ੍ਰੈਲ ਤੱਕ ਦੇਣ ਤੋਂ ਬਾਅਦ ਬੈਂਕ ਕਸਟਡੀ 'ਚ ਰੱਖੇ ਜਾਣਗੇ। ਪ੍ਰੀਖਿਆ ਸੁਚਾਰੂ ਢੰਗ ਨਾਲ ਕਰਵਾਉਣ ਲਈ ਵਿਭਾਗ ਨੇ ਜਾਰੀ ਕੀਤੀਆਂ ਹਦਾਇਤਾਂ। PSEB ਨੇ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਸੁਚਾਰੂ ਢੰਗ ਨਾਲ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਨਾਲ ਹੀ ਕਿਹਾ ਹੈ ਕਿ COVID-19 ਦੇ ਚੱਲਦੇ ਸਾਫ਼ ਸਫਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਜਾਰੀ ਹਦਾਇਤਾਂ ਅਨੁਸਾਰ ਇੱਕ ਬੈਂਚ 'ਤੇ ਇੱਕ ਵਿਦਿਆਰਥੀ ਦੇ ਬੈਠਣ ਦਾ ਪ੍ਰਬੰਧ ਕੀਤਾ ਜਾਵੇ। ਸਕੂਲ ਦੇ ਐਂਟਰੀ ਗੇਟ 'ਤੇ ਵਿਦਿਆਰਥੀਆਂ ਦੀ ਸਿਹਤ ਸੰਬੰਧੀ ਜਾਇਜ਼ਾ ਲਿਆ ਜਾਵੇ ਅਤੇ ਉਹਨਾਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇ। ਵਿਦਿਆਰਥੀ ਟ੍ਰਾਂਸਪੇਰੈਂਟ ਬੋਤਲ 'ਚ ਪਾਣੀ ਲੈ ਕੇ ਆਉਣ। ਪ੍ਰੀਖਿਆਵਾਂ ਤੋਂ 1 ਘੰਟਾ ਪਹਿਲਾਂ ਵਿਦਿਆਰਥੀ ਪੁੱਜਣ ਸੈਂਟਰ www.psv.in ਤੋਂ ਡਾਊਨਲੋਡ ਹੋਣਗੇ ਰੋਲ ਨੰਬਰ। ਡਾਕ ਰਾਹੀਂ ਵੱਖਰੇ ਤੌਰ 'ਤੇ ਨਹੀਂ ਭੇਜੇ ਜਾਣਗੇ ਰੋਲ ਨੰਬਰ। ਸੋ ਲਗਭਗ ਤੁਹਾਡੇ ਵਿੱਚੋਂ ਸਾਰੇ ਵਿਦਿਆਰਥੀਆਂ ਨੂੰ ਤੁਹਾਡੇ ਸਕੂਲ ਦੇ ਵੱਲੋਂ ਰੋਲ ਨੰਬਰ ਪ੍ਰੋਵਾਈਡ ਕਰ ਦਿੱਤੇ ਗਏ ਹੋਣਗੇ। ਸੋ ਇਹ ਸੀ ਤੁਹਾਡੇ ਸਭ ਲਈ ਇੱਕ ਵੱਡੀ ਅਪਡੇਟ। ਉਮੀਦ ਕਰਦਾ ਤੁਹਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੋਵੇਗੀ। ਇਸੇ ਤਰ੍ਹਾਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਮਿਲਦੇ ਹਾਂ ਨੈਕਸਟ ਵੀਕ ਲਈ। ਬਾਏ ਬਾਏ, ਟਾਟਾ, ਧੰਨਵਾਦ।